ਕਹਿੰਦੇ ਵਲੌਗ ਬਣਾਉਣਾ ਵੀ ਜ਼ਰੂਰੀ ਹੁੰਦਾ ਵਾ, ਕਦੇ ਕਦੇ ਬਣਾ ਲਈਦਾ ਵਾ। ਦੋਸਤਾਂ ਬਾਏ ਬਾਏ ਫਰੈਂਡਸ, ਦੋਸਤਾਂ ਤੁਹਾਨੂੰ ਫੋਲੋ ਕਰਦੀਆਂ ਪਈਆਂ ਬੀਚ ਜੋਬਣ ਗਿਆ ਵਾਲਗਟੋਨ। ਸੋ ਉਹਨਾਂ ਟਾਈਮ ਮੈਂ ਗਿਆ ਬੀਚ ਤੇ ਘੁੰਮ ਲਈਏ, ਤੁਹਾਨੂੰ ਮੈਂ ਦਿਖਾਉਣਾ। ਅੱਜ ਮਦਰਸ ਡੇ ਕਰਕੇ ਇੱਥੇ ਕੁਛ ਪ੍ਰੋਗਰਾਮ ਚੱਲ ਰਿਹਾ, ਸ਼ਾਇਦ ਮਦਰਸ ਡੇ ਸਪੈਸ਼ਲ ਕਰਕੇ ਹੀ ਆ। ਬਾਕੀ ਵਲੌਗ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ, ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ, ਥੈਂਕ ਯੂ। ਅਤੇ ਉਹ ਦੇਖੋ ਲੈ ਜਾਂਦੇ ਸ਼ੌਂਕ ਦੇ ਪਾਣੀ ਦੀਆਂ ਛੱਲਾਂ ਹੋਣ, ਇਕੱਲਾ ਹੀ ਹੋਵਾਂ ਨਾਲ ਤਾਂ ਕੋਈ ਨਾ ਹੋ। ਵਲੌਗ ਬਣਾਉਣਾ ਵੀ ਜ਼ਰੂਰੀ ਹੁੰਦਾ ਵਾ, ਕਦੇ ਕਦੇ ਬਣਾ ਲਈਦਾ ਵਾ। ਬਾਕੀ ਇੱਥੇ ਦੇਖੋ ਤੁਸੀਂ, ਰਸ਼ ਹੀ ਰਸ਼, ਕਾਫੀ ਜਾਣੇ ਇਕੱਠੇ ਹੋਏ ਪਏ ਜੋ ਬਣ ਵਾਲ ਘਟਾਉਣ ਦਿਆ। ਮੈਂ ਇੱਧਰ ਸਟੇਜ 'ਤੇ ਆਇਆ ਹੋਇਆ ਪ੍ਰੋਗਰਾਮ ਦੇਖਣ, ਮੈਡਮ ਖੜ੍ਹੀ ਹੈ ਐਨਕਾਂ ਲਾ ਕੇ। ਰੱਬ ਨੇ ਬਣਾਈਆਂ ਜੋੜੀਆਂ। ਓ ਬੈਗ ਡਰਾਮ ਚੈੱਕ ਹੋ ਰਿਹਾ ਵਾ, ਬੀਟਸ ਚੈੱਕ ਹੋ ਰਹੀਆਂ। ਕਿਸੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਤਾਂ ਗੱਲ ਵੀ ਜ਼ਰੂਰ ਕਰਾਂਗੇ। ਬਸ ਚੰਦ ਹੀ ਮਿੰਟਾਂ ਦੇ ਵਿੱਚ ਰੰਗਾ ਰੰਗ ਪ੍ਰੋਗਰਾਮ ਸ਼ੁਰੂ ਹੋਣ ਵਾਲਾ ਹੈ। ਕਹਿੰਦੀ ਹੈਲੋ ਹਾਏ, ਚੰਦ ਹੀ ਮਿੰਟਾਂ ਵਿੱਚ ਕਹਿੰਦੇ ਰੰਗਾ ਰੰਗ ਪ੍ਰੋਗਰਾਮ ਸ਼ੁਰੂ ਹੋਣ ਵਾਲਾ। ਇੱਧਰ ਕੋਚ ਸਾਹਿਬ ਸੈਟਅਪ ਲੈ ਕੇ ਬੈਠੇ ਆ, ਉੱਧਰ ਮੈਡਮਾਂ ਪੋਜੀਸ਼ਨਾਂ ਸਾਂਭਦੀਆਂ ਪਈਆਂ, ਮੈਡਮਾਂ ਅਤੇ ਸਰ। ਉਹ ਟੋਪੀ ਵਾਲੇ ਚਾਚਾ ਜੀ ਮੇਨ ਹੈੱਡ ਜਿਹੜੇ ਇੱਥੋਂ ਦੇ, ਮਾਈਕ ਟੈਸਟਿੰਗ 1 2 3। ਸਬਰ ਕਰੋ, ਬੋਲਾ ਧੱਕਾ ਬੁੱਕੀ ਨਹੀਂ ਕਰਨੇ ਕਾ, ਆਰਾਮ ਸੇ ਲੈਣੇ ਕਾ। ਹਾਂ
ਗਿਆ ਕਹਿੰਦੇ ਮੈਡਮ ਕੋ ਨਿਆਣੇ ਨਹੀਂ ਸੈੱਟ ਆਏ ਆਪ ਨਿਆਣੇ ਹੁੰਦੇ ਕਹਿੰਦੇ ਉੱਥੇ ਖੜ ਜਾ ਬੰਦਿਆਂ ਹੁਣ ਤਾਂ ਘਰ ਤੁਰ ਜਾ ਇੱਧਰ ਗੇੜੇ ਗਿੜਾਈ ਜਾਂਦੇ ਹਜੇ ਤੱਕ perform today. Thank you so much for coming. We would like to welcome you to the celebration of the European Day on behalf of the Limassol municipality. Enjoy.
ਹੋ ਸਾਹਿਬ ਆ ਗਏ ਆ ਕੋਸਾ ਗਾਣਾ ਹੋ ਗਿਆ ਨਾਚ ਪੇਸ਼ ਕੀਤਾ ਜਾਏ ਗੁਜਰਾਤ ਪੇਸ਼ ਕੀਤਾ ਹੋ ਲੈ ਆ ਗਿਆ ਭਚਾਲ ਆ ਗਿਆ ਚਕਮਾ ਗਾਣਾ ਲਾਤਾ ਬਸੰਤੀ ਨਾਚ ਬਸੰਤੀ ਨਾਚ ਉਹ ਦੇਖੋ ਮੈਡਮ ਦੇ ਇਸ਼ਾਰਿਆਂ ਤੇ ਅਗਲੇ ਗਾਣਾ ਗਾਉਂਦੇ ਪਏ ਆ ਮੈਡਮ ਨੱਚਦੇ ਹੀ ਆ ਤੇ ਉਹ ਗਾਉਣਾ ਗਾਣਾ ਗਾਉਂਦੇ ਪਏ ਆ ਸੁਵੀਡੂਵੀ ਸੁਵੀਡੂਵੀ ਰੰਪਾ ਸੁਵੀਡੂਵੀ ਸੁਵੀਡੂਵੀ ਪਰੰਪਾ ਗਾਣਾ ਆਪਣਾ ਚੋਰੀ ਕੀਤਾ ਇਹਨਾਂ ਨੇ ਸਿੱਧੂ ਮੂਸੇਵਾਲਾ ਆ ਗਏ ਕਹਿੰਦੇ ਸਕੇ ਨਹੀਂ
ਕੁਰਸੀ ਤਾਂ ਆਉਣੀ ਨਹੀਂ, ਅਰਦਾਸ ਕਰਨ ਲੱਗਾ ਵਾ, ਦੋ ਹੱਥ ਕਰ ਤਾਣ ਸਮੇਂ ਤੋਂ ਇੰਤਜ਼ਾਰ ਕਰਨ ਦੇ ਬਾਅਦ ਸਿੱਧੀ ਸਿੱਧੀ ਬਾਲਕਟਾ ਕੇ ਆ ਗਿਆ ਮੈਂ ਕਿਹਾ ਕਹਿ ਰਹੀ ਮੱਛਾ ਕੋਸਾ ਨੇ, ਪਹਿਲਾਂ ਕਟਿੰਗ ਚੈੱਕ ਕਰੋ ਕੋਸਾ ਦੀ, ਬਾਕੀ ਕੰਮ ਬਾਅਦ ਚੋ। ਓਹੋ ਕੋਸਾ ਕਿੱਥੋਂ ਕਟਾਏ ਆ? ਠੀਕ ਆ, ਹੁਣ ਕਹਿੰਦੇ ਆ ਕੀ ਸ਼ੁਰੂ ਹੋਣ ਲੱਗਾ? ਨਾਚ ਗਾਣਾ ਸ਼ੁਰੂ ਹੋਣ ਲੱਗਾ। ਕੋਸਾ ਕਹਿੰਦੇ ਨਾਚ ਗਾਣਾ ਪੇਸ਼ ਕੀਤਾ ਜਾਏ, ਮੈਂ ਕਿਹਾ ਚੱਲ ਆ ਜਾ ਫਿਰ ਸਟੇਜ ਤੇ ਤੈਨੂੰ ਦਿਖਾ ਲੈਣੇ ਆ। ਓਦਾਂ ਕੋਸਾ ਤੁਸੀਂ ਭਾਵੇਂ ਚੱਲ ਜਾਂਦੇ ਆ, ਆਲਾ ਵੇਖ ਕੇ ਜਾਣਾ ਦੱਸੋ ਜਦੋਂ ਮੜਾ ਹੀ ਖੜੀ ਗਿਓ। ਨਹੀਂ ਆਪਾਂ ਚੱਲੇ ਬਸ, ਸੂਰਜ ਉਹ ਸੂਰਜ ਅੱਧ ਚ ਆ ਗਿਆ ਵਾ, ਜਦੋਂ ਸੂਰਜ ਥੱਲੇ ਹੋ ਗਿਆ ਆਪਾਂ ਚੱਲੇ ਆ। ਆ ਬੰਦਾ ਬਹੁਤ ਗੰਦਾ ਜੇ, ਇਹਨੂੰ ਬੜੇ ਚਿਰ ਦਾ ਕਹਿੰਦੇ ਚੱਲੀਏ ਚੱਲੀਏ, ਹੁਣ ਜਾਣ ਨਹੀਂ ਦਿਆ। ਲੱਭੋ ਤੁਸੀਂ ਬਲੌਗ ਦੇ ਵਿੱਚ ਹੀ ਨਿਸ਼ਾਨੀ ਹੈ, ਕਿਉਂ ਨਹੀਂ ਜਾਣ ਦਿਆ? ਉਹ ਲੈ ਲੱਗਾ ਸਟੰਟ ਲਵਾਉਣ। 1 2 3 ਜਾਣਾ ਹੀ ਪੈਣਾ ਹੈ, ਕੀ ਕਰ ਲੇਗਾ? ਕਹਿੰਦਾ ਉਹਦੀ ਪੈਂਟ ਚਾਹੀਦੀ ਹੈ, ਮੈਂ ਬੈਲਟ ਕੱਢ ਕੇ ਦੇ ਦਿਓ। ਕਹਿੰਦਾ ਮੇਰੀ ਡਿੱਗ ਪੈਣੀ। ਉਹ ਸਭ ਯਾਰ ਵੇਖੀ ਦਾ ਹੀ ਹੁੰਦਾ ਜਾਂ ਸਲਾਹ ਨਹੀਂ ਮਾਰੀ ਦੀ ਹੁੰਦੀ? ਉਹ ਸਭ ਇੰਜੋਏ ਦਾ ਮਿਊਜ਼ਿਕ ਉਹ ਲੈ ਹੋਰ ਕੁਝ ਕਰੀ ਤਾੜੀ ਵੱਜ ਗਈ ਆ। ਬੰਦੇ ਦੀ ਸਿਹਤ ਵੀ ਹੋਣੀ ਚਾਹੀਦੀ, ਜੁੜਾ ਮਾਰ ਲਈ ਨੈਕਸਟ ਸਿੰਗਰ ਜੋ ਆਪਣੀ ਝੱਲ ਸਕੇ। ਉਹ ਸਭ ਬਾਕੀ ਗੱਲਾਂ ਦੀਆਂ ਗੱਲਾਂ, ਉਹ ਢੋਲ ਜਿਹਾ ਨਾ ਬੜਾ ਹੀ ਐਂਡ ਵਜਾਉਂਦੀ ਆ। ਤਾਂ ਹੀ ਤੂੰ ਜਾਣ ਨਹੀਂ ਦਿਆ ਮਾਮਾ, ਮੈਂ ਤੇਰੇ ਤਰਲੇ ਕੱਢ ਕੱਢ ਅੜ ਗਈ। ਤੈਨੂੰ ਢੋਲ ਦੀਆਂ ਬੀਟਾਂ ਸੋਣੀਆਂ, ਡਰਮ ਦੀਆਂ ਬੀਟਾਂ ਮੈਂ ਨਹੀਂ ਸੁਣਦਾ। ਢੋਲ ਆ ਗਿਆ ਹੀ ਦਿਖਿਆ ਕੀ ਉਹ ਇਹ ਵਾਲਾ ਢੋਲੀ ਉਹ ਵਾਲਾ ਢੋਲ ਹੈ ਇਹਦਾ ਕੁਛ ਡਿੱਗ ਗਿਆ ਕੋਸਾ ਥੱਲੇ। ਕੋਸਾ ਕੈਮਰਾ ਲੱਗ ਕੇ ਭੱਜਾ ਭੱਜਿਆ ਹੀ ਭੱਜਿਆ।
ਓਕੇ ਹੁਣ ਸਾਨੂੰ ਵਲੌਗ ਇੱਥੇ ਖਤਮ ਕਰਨਾ ਪੈਣਾ ਕਿਉਂਕਿ ਫੋਨ ਦੀ ਬੈਟਰੀ ਰਹਿ ਗਈ ਆ 20% ਅਤੇ ਇਸ ਲਈ ਰਾਤ ਵੀ ਕਾਫੀ ਹੋਣ ਲੱਗੀ ਆ ਅਤੇ ਅਸੀਂ ਵੀ ਚੱਲੇ ਹਾਂ ਘਰ। ਸੋ ਮਿਲਦੇ ਹਾਂ ਅਗਲੇ ਵਲੌਗ ਵਿੱਚ। ਹੋਰ ਸਾਹਿਬ ਕੁਛ ਕਹਿਣਾ ਚਾਹੁੰਦੇ ਹੋ? ਕਿੱਦਣ ਕਹੋ ਵਲੌਗ ਤਾਂ ਮਿੰਟੋ ਮਿੰਟ ਹੀ ਤਿਆਰ ਹੁੰਦਾ, ਬਸ ਅਪਲੋਡ ਕਰਨ ਦਾ ਹੀ ਨਹੀਂ ਟਾਈਮ ਲੱਗਦਾ। ਹੋਰ ਸਾਹਿਬ ਕਿਹੜਾ ਗਿਆ ਕਿਹੜਾ ਹੱਥ ਲੱਗਦਾ ਥੈਂਕ ਯੂ ਕਿੰਨੇ ਕਹਿੰਦੇ ਪਰਚੀ ਲੈ ਲਈ ਉਮੀਲ ਵੱਡਾ ਹੀ ਆ ਕੋਲ ਸਾਹਿਬ ਪਰਚੀ ਸਾਂਭ ਲਈ ਹੈ ਪਾਸਵਰਡ ਤੋਂ ਨੋਟ ਕਰ ਦੇਣਾ ਅਗਲੀ ਵਾਰ ਬਾਹਰ ਖੜ ਜਾਣਾ ਠੀਕ ਆ ਕੋਲ ਸਾਹਿਬ ਅਗਲੀ ਵਾਰ ਬਾਹਰ ਖੜ ਜਾਣਾ ਸ੍ਰੀ ਗੁਰਫਾਮ ਕਾਲਾ ਪ੍ਰੋਚਰ ਕਹੂ 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 ਲੈ ਲਾ ਲਹਾ ਗੁਰਫਾਮ ਕਹੂ ਕਹੂ ਸਭ ਕੁਛ ਕਹਿੰਦੇ ਪਏ ਸੀ ਤੁਸੀਂ ਮਹਾਰਾਜ ਤੁਸੀਂ ਲਾਗੇ ਬਹਿ ਕੇ ਆਪਣੀ ਆਈ ਡੀ ਤੋਂ ਮੈਸੇਜ ਕਰੀ ਜਾਂਦੇ ਆਈ ਡੀ ਤਾਂ ਵੈਸੇ ਮੇਰੀ ਹੈ ਮਹਿਤਾ ਪੰਕੁਸ਼ ਪੰਕੁਸ਼ ਕਿੱਥੇ ਹੈ ਮੇਰੇ ਲਾਗੇ ਬਹਿ ਕੇ ਮੈਨੂੰ ਮੈਸੇਜ ਕਰੀ ਜਾਂਦੇ ਨਹੀਂ ਮੈਂ ਪਾਗਲ ਹਾਂ ਨਹੀਂ ਕੀ ਲਿਖਿਆ ਕੀ ਆ ਪੰਕੁਸ਼ ਕਿੱਧਰ ਆ ਨੈਟ ਆਫ ਆਉਦਾ ਉਹ ਕੀ ਕਰਦਾ ਨਾ ਨੈਟ ਆਨ ਕਰਦਾ ਹੈ ਹੈਕ ਹੋ ਗਈ ਆ ਇਹ ਕੌਣ ਮੈਸੇਜ ਕਰੀ ਜਾਣਾ ਮੇਰੀ ਆਈਡੀ ਤੋਂ ਮੇਰਾ ਨੈਟ ਨਹੀਂ ਚਲਾਇਆ ਮਾਮਾ ਤੂੰ ਕੌਣ ਹੈ ਮੇਰੇ ਲਾਗੇ ਬਹਿ ਕੇ ਮੈਸੇਜ ਕਰੀ ਜਾਂਦਾ ਕਿਆ ਹੋਇਆ ਤਾਂ ਗੋ ਸਾਹਿਬ ਕਿੰਨਾ ਗੱਲਾਂ ਕਰੀ ਜਾਂਦਾ ਗੋ ਸਾਹਿਬ ਆ ਕੀ ਲਿਖਿਆ ਹੈ ਉਹ ਕੁਛ ਨਹੀਂ ਕੁਛ ਨਹੀਂ ਗੋ ਸਾਹਿਬ ਉਹ ਕੀ ਲਿਖਿਆ ਕੀ ਲਿਖਿਆ ਆਈਡੀ ਮੇਰੇ ਕੋਲ ਆ ਕਿਹਦੇ ਕੋਲ ਆ ਆਈਡੀ ਦੱਸੋ ਤੁਸੀਂ ਕੀ ਕਰਦਾ ਕਰਦਾ ਕਿ ਸਿੱਤਾ ਜਾਗਦਾ ਦੱਸੋ ਮੈਨੂੰ ਖਿੱਚ ਆਉਂਦੀ ਆ ਗਿਆ ਘਰ ਉਹ ਤੁਸੀਂ ਓਹੋ ਗੋ ਸਾਹਿਬ ਭਾਬੀ ਤੁਹਾਡੀ ਇੰਤਜ਼ਾਰ ਕਰ ਰਹੀ ਆ ਗੋ ਸਾਹਿਬ ਰੋਲਾ ਨਹੀਂ ਪਾਉਣਾ ਸੱਜਣ ਦਾ ਜੀ ਕੋਈ ਫਿਰ ਅੰਧੇਰਾ ਕਾਇਮ ਰਹੇ ਟਾਈਮ ਹੋ ਗਿਆ ਵਾ 8:15 ਗੋ ਸਾਹਿਬ ਹੁਣੀ ਜਾਣਦੇ ਆ ਨੱਠੇ ਕਹਿੰਦੇ ਘਰ ਜਾਣਾ ਵਾ ਉੱਧਰ ਵੀ ਇੱਕ ਜਾਣਦਿਆ ਵਾ ਪਤਾ ਨਹੀਂ ਕਿੱਥੋਂ ਦਾ ਉਹ ਜਾਂਦਾ ਪਿਆ ਰੋਂਗ ਸਾਈਡ ਫਲੈਸ਼ ਉਹਨੇ ਚੁਕਾਈ ਹੋਈ ਆ ਬਟ ਉਹ ਆਪਣੀ ਸਪੀਡ 'ਤੇ ਆ ਕੋਚ ਸਾਹਿਬ ਆਪਣੀ ਸਪੀਡ 'ਤੇ ਕੋਚ ਸਾਹਿਬ ਕਹਿੰਦੇ ਮੈਂ ਅੱਗੇ ਨਿਕਲਣ ਦੇਣਾ ਉਹ ਕਹਿੰਦੇ ਤੂੰ ਅੱਗੇ ਨਿਕਲ ਕੇ ਦਿਖਾ ਬਸ ਉਹਦਾ ਕੰਮ ਬਰੋਬਰ ਦਾ ਹੀ ਆ ਅੱਗੇ ਪਿੱਛੇ ਹੀ ਆ ਕੋਚ ਸਾਹਿਬ ਜਿੱਤ ਜਾਣਾ ਤੁਸੀਂ